ਦੇ ਵਿੱਚ ਵੱਡਾ ਟੂਰਨਾਮੈਂਟ ਆ ਵਲੌਗ ਬਣਾ ਰਹੇ ਹਾਂ ਅੱਜ, ਅਤੇ ਸਾਰੇ ਵੀਰ ਭਰਾ ਪੂਰਾ ਦੇਖਿਓ ਵਲੌਗ ਨੂੰ ਚੈਨਲ 'ਤੇ, ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਵੀ ਕਰ ਲਿਓ, ਅਤੇ ਬਾਕੀ ਬਹੁਤ ਵਧੀਆ ਟੀਮਾਂ ਇੱਥੇ ਪਹੁੰਚ ਰਹੀਆਂ, ਟੌਪ ਦੇ ਪਲੇਅਰ ਪਹੁੰਚ ਰਹੇ ਆ, ਅਤੇ ਆਹ ਬਾਈ ਆਪਣੇ ਨਾਲ ਹਰ ਰੋਜ਼ ਆ ਜਾਂਦਾ, ਧੰਨਵਾਦ ਬਾਈ ਤੇਰਾ। ਅਤੇ ਬਾਕੀ ਤੁਹਾਨੂੰ ਪਲੇਅਰਾਂ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਸਾਰੀ ਤੁਹਾਨੂੰ, ਤਾਂ ਕਰਕੇ ਵਲੌਗ ਨੂੰ ਪੂਰਾ ਦੇਖਿਓ, ਲਾਈਕ ਵੀ ਜ਼ਰੂਰ ਕਰ ਦਿਆ ਕਰੋ ਵਲੌਗ ਨੂੰ, ਸਬਸਕ੍ਰਾਈਬ ਵੀ ਕਰ ਲਿਓ। ਅਤੇ ਤੁਹਾਨੂੰ ਪਤਾ ਹੀ ਆਪਾਂ ਬਰਨਾਲੇ ਵੀ ਪਹੁੰਚੇ ਹੋਏ ਹਾਂ, ਆਹ ਬਾਈ ਲੱਕੀ ਡਰਾ ਵੀ ਰੱਖਦੇ ਹੁੰਦੇ ਆ ਬਾਈ, ਕੀ ਹਾਲ ਚਾਲ? ਪਰਚੀ ਦੀ ਕੀ ਕੀਮਤ ਆ? ਇੱਕ ਨਾ ਇੱਕ ਪਰਚੀ ਫ੍ਰੀ, ਦੋ ਪਰਚੀਆਂ ਨੇ। ਅੱਛਾ ਅੱਛਾ ਬਾਈ, ਦਸ ਨਾਲ ਦੋ ਫ੍ਰੀ ਨੇ। ਤੇ ਕਿੱਦਣ ਇਹ ਨਿਕਲਣੇ ਆ? ਇਹ 15 ਜੂਨ ਨੂੰ ਕੱਢਣਾ ਭਰਾ, 15 ਜੂਨ ਨੂੰ। ਆਹ ਨੰਬਰਾਂ ਤੇ ਕੰਟੈਕਟ ਕਰ ਲੈਣ, ਹਨਾ? ਨੰਬਰਾਂ ਤੇ ਕੰਟੈਕਟ ਕਰ ਸਕਦਾ, ਗੂਗਲ ਪੇ, ਫੋਨ ਪੇ, ਪੇਟੀਐਮ, ਠੀਕ ਆ ਬਾਈ, ਕੁਝ ਵੀ ਕਰ ਸਕਦੇ ਹੋ। ਬਾਕੀ ਜਿਨ੍ਹਾਂ ਨੇ ਲੱਕੀ ਡਰਾ 'ਚ ਹਿੱਸਾ ਲੈਣਾ ਹੋਇਆ, ਜ਼ਰੂਰ ਤੁਸੀਂ ਲੈ ਸਕਦੇ ਹੋ, ਆ ਬਾਈਆਂ ਦੇ ਨੰਬਰ ਵੀ ਆ। ਧੰਨਵਾਦ ਮਿੱਤਰੋ, ਅੱਜ ਆ ਮੋਟਰਸਾਈਕਲ ਦਿੱਤੇ ਆ, ਅਸੀਂ ਤਾਂ 65 ਕਿਲੋ ਦੀ ਮੈਂ ਆ ਸਾਰੇ ਵੀਰਾਂ ਭਰਾਵਾਂ ਨੂੰ, ਤੁਹਾਨੂੰ ਪਤਾ ਹੀ ਆ ਕਿ ਆਪਾਂ ਬਰਨਾਲੇ ਦੇ ਵਿੱਚ ਪਹੁੰਚੇ ਹੋਏ ਆ, ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਉੱਥੇ, ਟੌਪ ਦੇ ਖਿਡਾਰੀ ਬਜ਼ੁਰਗਾਂ ਦੀ ਖੇਡ ਦੇ ਵਿੱਚ, ਬੁਗਲਾ ਬਠਿੰਡੇ ਵਾਲਾ, ਹੋਰ ਵੀ ਵੱਡੇ ਖਿਡਾਰੀ ਨਾਲ ਮੌਜੂਦ ਆ। ਬੁਗਲੇ ਭਾਈ ਕੀ ਹਾਲ ਚਾਲ? ਬੜੇ ਵਧੀਆ ਬੇਟੇ, ਠੀਕ ਆ ਜੀ, ਪੂਰੇ ਸਿਹਤਾਂ ਠੀਕ ਆ ਜੀ? ਬਸ ਬਿਲਕੁਲ ਠੀਕ। ਅੱਜ ਫਿਰ ਬਰਨਾਲੇ ਦੇ ਵਿੱਚ ਪਹੁੰਚੇ ਹੋ? ਹਾਂ, ਬਰਨਾਲੇ ਵਿੱਚ ਖੇਡਣ ਆਏ ਆ। ਕਿਹੜੀ ਟੀਮ 'ਚ ਖੇਡ ਰਹੇ ਹੋ? ਮੈਂ ਬਠਿੰਡਾ ਖੇਡਦਾ। ਬਠਿੰਡੇ ਦੀ ਟੀਮ 'ਚ? ਨਾਲ ਕਿਹੜੀ ਵਿਰੁੱਧ ਟੀਮ ਦੀ ਕਿਹੜੀ ਆ? ਬੁੱਧ ਟੀਮ ਜਿਹੜੀ ਬਠਿੰਡਾ, ਉਹ ਹੈਗੀ ਆ ਮੋਗਾ। ਅੱਛਾ, ਮੋਗੇ ਦਾ ਗੁੱਗ ਜਲਾਲ ਆ, ਜੀਵਨ ਜਲਾਲ ਆ, ਜੁਗਾ ਜਲਾਲ ਆ, ਤੇ ਸਿਕੰਦਰ ਜਲਾਲ ਆ, ਤੇ ਬਾਕੀ ਗੁਰਪ੍ਰੀਤ ਜਲਾਲ ਆ, ਮਤਲਬ ਜਲਾਲ ਦੀ ਟੀਮ ਆ ਜਿਹੜੀ ਮੇਲੇ ਦੀ ਜੇਤੂ ਆ, ਠੀਕ ਹੈ, ਉਹਦੇ ਨਾਲ ਮੇਰਾ ਮੈਚ ਹੁੰਦਾ। ਤੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਯੂਟਿਊਬ ਮਿੱਤਰੋ ਦੇਖ ਰਹੇ ਹੋ, ਵਿਦੇਸ਼ਾਂ ਦੇ ਵਿੱਚ ਬੈਠੇ ਹੋ ਮਿੱਤਰੋ, ਤੁਹਾਡਾ ਬਹੁਤ ਬਹੁਤ ਧੰਨਵਾਦ ਥਾਂ ਦੇ ਥਾਂ ਬੈਠੋ। ਤੇ ਮੈਂ ਤਾਂ ਬੁਗਲਾ ਦਾ ਗਰੀਬ ਬੰਦਾ ਦੇਖਾ ਤੁਹਾਡੇ ਲਈ, ਮੈਂ ਦੇਖੋ ਪਹਿਲਾ ਭਗਵਾਨ ਹੈ ਤੇ ਫਿਰ ਭਲਵਾਨ ਹੈ, ਮੈਂ ਜ਼ਿੰਦਗੀ ਦੇ ਵਿੱਚ ਇਹ ਵਿਰਾਸਤ ਸਾਂਭੀ ਹੋਈ ਆ, ਜਿਹੜੀ ਵਿਰਾਸਤ ਸਾਂਭੀ ਆ ਤੁਹਾਡੇ ਕੋਲੇ ਆ। ਮੈਂ 87 ਦੇ ਜੋਰਾਂ ਖੇਡਾਂ, 87 ਦਾ ਖੇਡਣ ਲੱਗਿਆ, ਦੇਖ ਲਓ ਕਿਹੜੇ ਕਿਹੜੇ ਸਾਲ ਹੋ ਗਏ, ਠੀਕ ਹੈ, ਹਾਂ 87 ਤੋਂ ਕਾਫੀ ਟਾਈਮ ਤੋਂ ਤੁਸੀਂ ਤਾਂ ਫਿਰ ਪੁਰਾਣੇ ਹੋ, 45 ਸਾਲ ਹੋ ਗਏ ਆ। ਤੇ ਬਾਹਰ ਦਾ ਕਿੱਦਾਂ, ਬਾਹਰ ਗਏ ਹੋ? ਬਾਹਰ ਨਹੀਂ ਗਏ, ਗਏ ਨਹੀਂ, ਨਾ ਨਾ ਕਿਸੇ ਕੰਟਰੀ 'ਚ ਨਹੀਂ ਗਏ? ਮੈਂ ਕਿਸੇ ਕੰਟਰੀ, ਤੁਹਾਡੀ ਖੇਡ ਬਹੁਤ ਵਧੀਆ ਬਈ, ਪ੍ਰਮੋਟਰਾਂ ਵੱਲੋਂ ਨਹੀਂ ਕੀਤੀ ਗਈ ਕੋਸ਼ਿਸ਼? ਨਹੀਂ, ਸਾਡੇ ਵੇਲੇ ਉਦੋਂ ਕਾਰਨ ਇਹ ਸੀ ਵੀ ਉਦੋਂ ਕੌਡੀ ਨੂੰ ਤਰਜੀਹ ਨਹੀਂ ਮਿਲਦੀ ਸੀ। ਨਹੀਂ, ਹੁਣ ਵੀ ਬਜ਼ੁਰਗਾਂ ਦੀ ਖੇਡ ਬਾਹਰ ਨਹੀਂ ਨਹੀਂ ਹੁਣ ਨਹੀਂ, ਉਹ ਕਾਰਨ ਬਣਿਆ ਨਹੀਂ ਸੀ, ਠੀਕ, ਜਣੀ ਮੈਨੂੰ ਇੱਕ ਦੋ ਸਾਵਾਂ ਸਹਾਰਾ ਜ਼ਰੂਰ ਮਿਲ ਗਿਆ ਸੀ ਵੀ ਤੁਹਾਨੂੰ ਮੰਗਾ ਲਾਂਗੇ, ਉਹ ਵੀ ਇਕੱਲਾ ਅਗਰ ਸੀ ਜੀ ਨਹੀਂ ਆ, ਪਰ ਸੱਦਣ ਵਾਲੀ ਗੱਲ ਨਹੀਂ ਸੀ, ਠੀਕ ਹੈ, ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ ਬਾਈ। ਕਮੇਟੀਆਂ ਕਿੱਦਾਂ ਵਧੀਆ ਕਰਦੀਆਂ ਸਪੋਰਟ ਪੂਰਾ ਹਰ ਥਾਂ? ਵਧੀਆ ਹੀ ਕਰਦੀਆਂ, ਜਿਹੜੀਆਂ ਕਮੇਟੀਆਂ ਕਰਦੀਆਂ ਬਹੁਤ ਹੀ ਧੰਨਵਾਦ ਆ, ਨਹੀਂ ਤਾਂ ਉਸ ਬਜ਼ੁਰਗਾਂ ਦੇ ਨਹੀਂ, ਕਿਉਂਕਿ ਮਤਲਬ ਅਸੀਂ ਕੋਈ ਨਾਮੀ ਤਾਂ ਹੈ ਨਹੀਂ, ਇੱਥੇ ਟਾਈਮ ਪਾਸ ਕਰਨ ਦੀ ਖਾਤਰ ਇੱਕ ਦਿਲ ਨੂੰ ਵਿਰਾਸਤ ਸਾਂਭੀ ਬੈਠੇ ਆ। ਤੇ ਧੰਨਵਾਦ ਆ ਜਿਹੜਾ ਕਮੇਟੀ ਜਿਹੜਾ ਮੈਚ ਕਰਾ ਦੇਣੀ ਹੈ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ, ਬਹੁਤ ਹੀ ਰਿਣੀ ਆ ਇਹਨਾਂ ਦਾ, ਠੀਕ ਹੈ ਜੀ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਥੋੜ੍ਹਾ ਟਾਈਮ ਦਿੱਤਾ ਸਾਨੂੰ, ਬਹੁਤ ਬਹੁਤ ਧੰਨਵਾਦ। ਕਾਚੂ ਰਣੀਕੇ ਵਾਲਾ ਆਇਆ ਹੋਇਆ, ਬਾਕੀ ਅੱਜ ਕਾਜੂ ਰਣੀਕੇ ਵਾਲੇ ਬਾਈ ਵੀ ਪਹੁੰਚੇ ਹੋਏ ਆ, ਦੜਵੇ ਦੀ ਟੀਮ 'ਚ ਆ ਜੀ, ਦੜਵੇ ਦੀ ਟੀਮ 'ਚ ਆ ਜੀ, ਠੀਕ ਹੈ ਜੀ।
ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ। ਤੁਹਾਨੂੰ ਪਤਾ ਹੀ ਆ ਕਿ ਆਪਾਂ ਬਰਨਾਲੇ ਦੇ ਕੱਪ ਤੇ ਪਹੁੰਚੇ ਹੋਏ ਆ, ਉੱਥੇ ਟੌਪ ਦੀਆਂ ਟੀਮਾਂ ਦੇ ਵਿੱਚੋਂ ਠੁੱਲੀਵਾਲ ਦੀ ਟੀਮ ਪਹੁੰਚੀ ਆ ਬਾਈ। ਕਿਵੇਂ ਹੋ ਬਾਈ, ਕੀ ਹਾਲ ਚਾਲ? ਵਧੀਆ ਵੀਰੇ, ਠੀਕ ਆ, ਤੂੰ ਦੱਸ? ਪੂਰਾ ਨਾਂ ਕੀ ਆ ਤੇ ਕਬੱਡੀ ਵਿੱਚ ਕਿਸ ਨਾਂ ਨਾਲ ਜਾਣ? ਮੇਰਾ ਨਾਂ ਪੂਰਾ ਸਤਨਾਮ ਸਿੰਘ ਹੈ ਵੀਰੇ, ਉਦਾਂ ਬੱਬੂ ਆ। ਬੱਬੂ ਕਹਿੰਦੇ ਉਦਾਂ? ਬੱਬੂ ਠੁੱਲੀਵਾਲ ਦੇ ਹੀ ਹੋ ਤੁਸੀਂ? ਨਹੀਂ, ਮੈਂ ਸੰਗਤਪੁਰਾ ਪਿੰਡ ਆ ਵੀਰੇ। ਅੱਛਾ, ਸੰਗਤਪੁਰਾ ਦੇ। ਠੀਕ ਹੈ ਜੀ। ਅੱਜ ਠੁੱਲੀਵਾਲ ਦੀ ਟੀਮ ਚ ਖੇਡਦਾ ਵੀਰੇ। ਕਿਹੜੇ ਕਿਹੜੇ ਆ ਬਾਹਰੋਂ ਨਾਲ, ਹੋਰ ਪਲੇਅਰ ਕਿਹੜੇ ਆ? ਬਾਹਰਾਂ ਇੱਕ ਵੀਰੇ ਇੰਦਰਪੀਤਾ ਕਲਸੀਆਂ ਦਾ ਮੁੰਡਾ ਤੇ ਨਾਲ ਇੱਕ ਬੱਬੂ ਆ। ਅੱਛਾ, ਇੱਕ ਹੋਰ ਖਿਡਾਰੀ ਆ? ਚਲੋ, ਹੋਰ ਉਹਦਾ ਮੈਨੂੰ ਪਤਾ ਨਹੀਂ ਕਿਹੜਾ ਯਾਰ। ਹੋਰ ਚੱਲ ਰਹੇ ਆ? ਵਧੀਆ ਮੈਚ ਚੱਲ ਰਿਹਾ ਵੀਰੇ, ਵਧੀਆ। ਵਿਦੇਸ਼ਾਂ ਚ ਗਏ ਹੋ? ਨਹੀਂ ਹਜੇ ਤਾਂ ਵੀਰੇ, ਇੱਥੇ ਹੀ। ਹਜੇ ਨਹੀਂ ਲੱਗਿਆ? ਚਲੋ ਕੋਈ ਨਾ, ਮੇਹਰ ਕਰੂਗਾ ਜ਼ਰੂਰ ਰੱਬ। ਇਦਾਂ ਹੀ ਹੋਰ ਤਰੱਕੀ ਕਰਿਓ, ਮਿਹਨਤ ਕਰਦੇ ਰਹੋ, ਚੱਲਦੀ ਹੁਣ ਪ੍ਰੈਕਟਿਸ ਨਾਲ? ਹਾਂਜੀ, ਪ੍ਰੈਕਟਿਸ ਨਾਲ ਦੀ ਨਾਲ ਚੱਲੀ ਜਾਂਦੀ ਆ, ਬਾਕੀ ਮੈਚ ਖੇਡੀ ਜਾਂਦੇ ਆ ਦੀਦੀ। ਠੀਕ ਹੈ, ਠੀਕ ਹੈ, ਧੰਨਵਾਦ। ਓਕੇ, ਕਾਲ ਸਾਰੇ ਵੀਰਾਂ ਭਰਾਵਾਂ ਨੂੰ। ਤੁਹਾਨੂੰ ਪਤਾ ਹੀ ਆ ਬਰਨਾਲੇ ਦੇ ਕੱਪ ਤੇ ਟੌਪ ਦੀਆਂ ਟੀਮਾਂ ਪਹੁੰਚੀਆਂ ਹੋਈਆਂ, ਟੌਪ ਦੀ ਪਲੇਅਰ, ਉੱਥੇ ਹੀ ਕਬੱਡੀ ਦਾ ਚੋਟੀ ਦਾ ਖਿਡਾਰੀ ਕਾਫੀ ਦੂਰ ਤੋਂ ਚੱਲ ਕੇ ਆਇਆ ਬਾਈ, ਦਲਵੀਰ ਮਨਾਣੇ ਵਾਲਾ, ਟੌਪ ਦਾ ਰੇਡਰ। ਦਲਵੀਰ ਬਾਈ, ਕੀ ਹਾਲ ਚਾਲ? ਵਧੀਆ ਜੀ, ਵਧੀਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਹੋਰ ਸਿਹਤਾਂ ਠੀਕ ਆ? ਪੂਜਾ ਬਾਈ, ਵਧੀਆ ਵਧੀਆ, ਚੜ੍ਹਦੀ ਕਲਾ ਚ? ਵਧੀਆ, ਗੁੱਡ ਗੁੱਡ। ਤੇ ਕਾਫੀ ਟਾਈਮ ਬਾਅਦ ਤੁਸੀਂ ਵਾਪਸੀ ਕੀਤੀ ਆ, ਮੈਨੂੰ ਲੱਗਦਾ ਕਿੰਨਵਾਂ ਮੈਚ ਆ? ਥੋੜੇ ਹੀ ਮੈਚ ਖੇਡੇ ਹੋਣੇ ਆ? ਮੈਂ 7-8 ਮੈਚ ਹੀ ਖੇਡੇ ਆ। ਹਾਂ, 7-8 ਮੈਚ ਹੀ ਖੇਡੇ ਆ। ਠੀਕ ਆ ਜੀ। ਤੇ ਅੱਜ ਕਿਹੜੀ ਟੀਮ ਚ ਖੇਡ ਰਹੇ ਹੋ? ਅੱਜ ਦੜਵੇ ਦੇ ਵਿੱਚ ਹੈ ਬਾਈ। ਦੜਵੇ ਦੇ ਵਿੱਚ? ਨਾਲ ਕਿਹੜੇ ਆ ਬਾਹਰੋਂ ਪਲੇਅਰ? ਬਾਹਰੋਂ ਗੈਲ ਕਾਲਾ ਧਨੌਲੇ ਵਾਲਾ। ਕਾਲਾ ਧਨੌਲੇ ਵਾਲਾ, ਕਾਜੂ ਰਣੀ ਕੇ ਵਾਲਾ। ਕਾਜੂ ਰਣੀ ਕੇ ਵਾਲਾ ਤੇ ਤੁਸੀਂ ਆ? ਵਧੀਆ ਟੀਮ ਬਣੀ ਹੋਈ ਆ, ਬੈਲੈਂਸ ਟੀਮ। ਤੇ ਇਸ ਵਾਰ ਅਕੈਡਮੀ ਦੇਖੀ ਕਿਹੜੀ ਚ? ਅਕੈਡਮੀ ਤਾਂ ਇੱਕ ਹੀ ਆਪਣੀ ਯਾਰ, ਸ਼ਾਹਕੋਟ ਵਾਲੇ ਜੀ, ਉਹਨਾਂ ਚ ਖੇਡਿਆ ਕਰੋਗੇ? ਠੀਕ ਆ ਜੀ। ਤੇ ਸੁਲਤਾਨ ਦਾ ਪਤਾ ਲੱਗਿਆ ਹੋਣਾ ਉਹਨਾਂ ਨੇ, ਕੋਈ ਅਪਡੇਟ ਹੈਗੀ ਆ? ਨਹੀਂ ਯਾਰ, ਕੁਝ ਨਹੀਂ ਪਤਾ ਉਹਦੇ ਬਾਰੇ। ਚਲੋ ਕੋਈ ਨਾ ਬਾਈ। ਹਾਂਜੀ ਬਾਈ। ਬਾਕੀ ਦੋਸਤੋ, ਤੁਹਾਨੂੰ ਪਤਾ ਹੀ ਆ ਕਿ ਆਪਾਂ ਪਹੁੰਚੇ ਹੋਏ ਆ ਬਰਨਾਲੇ ਦੇ ਕੱਪ ਤੇ, ਟੌਪ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ, ਉੱਥੇ ਟੌਪ ਦੇ ਖਿਡਾਰੀ, ਟੌਪ ਦੀਆਂ ਟੀਮਾਂ ਪਹੁੰਚੀਆਂ ਹੋਈਆਂ। ਪਿੰਦੂ ਸਿੱਚੇ ਵਾਲਾ ਟੌਪ ਦਾ ਖਿਡਾਰੀ ਮੌਜੂਦ ਆ ਆਪਣੇ ਨਾਲ। ਪਿੰਦੂ ਬਾਈ, ਕੀ ਹਾਲ ਚਾਲ? ਠੀਕ ਆ ਬਾਈ, ਤੁਸੀਂ ਦੱਸੋ? ਵਧੀਆ, ਸਿਹਤਾਂ ਠੀਕ ਆ? ਪੂਰੀਆਂ? ਠੀਕ ਆ ਬਾਈ। ਚੜ੍ਹਦੀ ਕਲਾ ਚ? ਠੀਕ ਆ ਬਾਈ। ਅੱਜ ਕਿਹੜੀ ਟੀਮ ਚ ਖੇਡ ਰਹੇ ਹੋ? ਅੱਜ ਆਪਾਂ ਸਿੱਚੇ ਵਾਲ ਦੀ ਬਣੇ ਬਾਈ। ਸਿੱਚੇ ਵਾਲ ਦੀ? ਨਾਲ ਕਿਹੜੇ ਕਿਹੜੇ ਪਲੇਅਰ ਆ? ਨਾਲ ਆਪਣੇ ਕਾਲਾ ਵਾਲਾ ਧੂਰਕੋਟਿਆ, ਕਾਲਾ ਧੂਰਕੋਟ, ਅੱਛਾ, ਪੱਟੂ ਛੰਨਾ ਵਾਲਾ, ਗੁਰਵਿੰਦਰ ਕਾਂਗੇ, ਗੁਰਵਿੰਦਰ ਕਾਂਗੇ ਵਾਲਾ। ਵਧੀਆ ਟੀਮ, ਬੈਲੈਂਸ ਟੀਮ ਬਣੀ ਹੋਈ ਆ, ਤੇ ਲੱਗਦਾ ਅੱਜ ਮਾਰੋਗੇ ਜ਼ੋਰ ਫਿਰ? ਹਾਂ ਮਾਰਾਂਗੇ ਬਾਈ। ਠੀਕ ਆ, ਬੈਸਟਾਂ ਨੂੰ ਵੀ ਮੋਟਰਸਾਈਕਲ ਆ, ਵਧੀਆ ਕਮੇਟੀ ਨੇ ਵੀ ਇਨਾਮ ਰੱਖੇ ਹੋਏ ਆ। ਹਾਂ ਬਾਈ। ਤੇ ਕੰਟਰੀਆਂ 'ਚ ਕਿਹੜੀ ਕਿਹੜੀ ਸੈਰ ਕਰ ਲਈ? ਮੈਂ ਕੈਨੇਡਾ ਗਿਆ ਬਾਈ। ਠੀਕ ਆ। ਨਿਊਜ਼ੀਲੈਂਡ 2 ਵਾਰ। ਅੱਛਾ, ਯੂਰਪ। ਠੀਕ, ਇੰਗਲੈਂਡ। ਵਧੀਆ, ਕਿਹੜਾ ਲੱਗਿਆ ਦੇ? ਨਿਊਜ਼ੀਲੈਂਡ ਹੀ ਆ। ਧੰਨਵਾਦ ਬਾਈ। ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ। ਤੁਹਾਨੂੰ ਪਤਾ ਹੀ ਆਪਾਂ ਬਰਨਾਲੇ ਦੇ ਕੱਪ ਤੇ ਪਹੁੰਚੇ ਹੋਏ ਆ, ਉੱਥੇ ਹੀ ਕਾਲਾ ਧੂਰਕੋਟ ਬਾਈ ਅਤੇ ਪੱਟੂ ਫਤਿਹਗੜ੍ਹ ਛੰਨਾ ਟੌਪ ਦੇ ਖਿਡਾਰੀ ਆਪਣੇ ਨਾਲ ਮੌਜੂਦ ਆ। ਵੱਡੇ ਵੱਡੇ ਸਟਾਰਾਂ ਦੇ ਵਿੱਚ ਬਾਈਆਂ ਦੇ ਨਾਂ ਆਉਂਦੇ ਆ। ਪੱਟੂ ਬਾਈ, ਕੀ ਹਾਲ ਚਾਲ? ਵਧੀਆ ਵਧੀਆ। ਸਿਹਤਾਂ ਠੀਕ ਆ ਪੂਰੀਆਂ? ਸਿਹਤਾਂ ਵਧੀਆ। ਚੜ੍ਹਦੀ ਕਲਾ ਚਾ? ਅੱਜ ਸੀਚੇਆਲ ਦੀ ਟੀਮ ਲੈ ਕੇ ਆਏ ਹੋ, ਕਾਲੇ ਹੋਣੀ ਸਾਰੇ ਟੌਪ ਦੇ ਪਲੇਅਰ ਆ ਤੁਹਾਡੇ ਨਾਲ। ਤੇ ਬਹੁਤੇ ਵੀਰ ਨਾ, ਜੋ ਵੀਰ ਦੇਖਦੇ ਆ ਸਾਡੀ ਵੀਡੀਓ, ਪੂਰੀ ਫਤਿਹਗੜ੍ਹ ਛੰਨਾ ਦੇ ਕਮੈਂਟ ਬਾਕਸ 'ਚ ਪੂਰੀ ਪੂਰੀ ਹੁੰਦੀ ਰਹਿੰਦੀ ਆ, ਕਦੋਂ ਖੇਡਣਾ ਉਸ ਬਾਈ ਨੇ? ਉਹ ਹਜੇ ਲੇਟ ਹੋਣਾ, ਕਨਫਰਮ ਨਹੀਂ ਹੈਗਾ ਜੀ। ਆਉਣਾ ਕਿ ਨਹੀਂ, ਇਹ ਕਨਫਰਮ ਨਹੀਂ ਹੈ। ਕਨਫਰਮ ਨਹੀਂ ਹੈਗਾ। ਠੀਕ ਹੈ, ਠੀਕ ਹੈ ਬਾਈ। ਤੇ ਬਾਕੀ ਇਦਾਂ ਹੀ ਹੋਰ ਚੜ੍ਹਦੀ ਕਲਾ 'ਚ ਰਹੋ, ਅੱਜ ਸੀਚੇ ਵਾਲ ਦੀ ਟੀਮ 'ਚ। ਹਾਂਜੀ, ਹਾਂ, ਸੀਚੇ। ਠੀਕ ਆ, ਮਾਰੋਗੇ ਜ਼ੋਰ ਫਿਰ ਅੱਜ? ਮਾਰਾਂਗੇ ਜ਼ੋਰ। ਠੀਕ ਹੈ, ਠੀਕ, ਧੰਨਵਾਦ ਬਾਈ। ਧੰਨਵਾਦ। ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ। ਤੁਹਾਨੂੰ ਪਤਾ ਹੀ ਆ ਕਿ ਆਪਾਂ ਪਹੁੰਚੇ ਹੋਏ ਆ ਬਰਨਾਲੇ ਦੇ ਕੱਪ ਤੇ, ਉੱਥੇ ਟੌਪ ਦੇ ਖਿਡਾਰੀ ਪਹੁੰਚੇ ਆ, ਟੌਪ ਦੀਆਂ ਟੀਮਾਂ ਆਈਆਂ ਹੋਈਆਂ। ਵੱਡੇ ਵੱਡੇ ਸਟਾਰਾਂ ਦੇ ਵਿੱਚ ਨਾਮ ਆ, ਕਾਲੇ ਧਨੌਲੇ ਵਾਲੇ ਦਾ 2020-21 ਬਾਈ ਦੇ ਵਿੱਚ ਵੱਡੀ ਖੇਡ ਦਿਖਾਈ ਆ ਬਾਈ ਨੇ, ਕਾਲੇ ਧਨੌਲੇ ਵਾਲੇ। ਕਾਲੇ ਬਾਈ, ਕੀ ਹਾਲ ਚਾਲ? ਠੀਕ ਹੈ ਬਾਈ, ਵਧੀਆ। ਸਿਹਤਾਂ ਠੀਕ ਆ ਜੀ? ਚੜ੍ਹਦੀ ਕਲਾ ਚ ਆਈ? ਹਾਂਜੀ ਹਾਂਜੀ। ਅੱਜ ਬਰਨਾਲੇ ਦੇ ਵਿੱਚ ਪਹੁੰਚੇ ਹੋ, ਕਿਹੜੀ ਟੀਮ ਚ ਖੇਡ ਰਹੇ ਹੋ? ਅੱਜ ਵੀ ਦੜਬੇ ਖੇਡੋ। ਦੜਬੇ ਚ ਨਾਲ ਕਿਹੜੇ ਕਿਹੜੇ ਪਲੇਅਰ ਆ?
ਨਾਲ ਦਲਵੀਰ ਮਨਾਣੇ ਵਾਲਾ ਬਾਈ ਅੱਛਾ ਇਹ ਤਾਂ ਆਪਾਂ ਕਾਜੂ ਰਣੀ ਵਾਲੇ ਕਿਉਂ ਹਾਂ ਕਾਜੂ ਰਣੀ ਕੇ ਵਾਲਾ ਵਧੀਆ ਬੈਲੈਂਸ ਟੀਮ ਬਣੀ ਹੋਈ ਆ ਤੇ ਬਾਕੀ ਜੋ ਵੀਰ ਦਰਸ਼ਕ ਵੀਰ ਸਾਡੀਆਂ ਵੀਡੀਓ ਦੇਖਦੇ ਆ ਕਮੈਂਟ ਬਾਕਸ ਦੇ ਵਿੱਚ ਕਲ ਸਿੰਘ ਵਾਲਾ ਇੰਦਰਜੀਤ ਟੌਪ ਦਾ ਜਾਫੀ ਆ ਉਹ ਕਦੋਂ ਖੇਡਣ ਜਾ ਰਿਹਾ ਵਾਪਸੀ ਕਰਨੀ ਆ ਉਹਨੇ ਹਾਂਜੀ ਹਾਂਜੀ ਉਹਨੇ ਬਾਈ ਫਰਵਰੀ ਚ ਆ ਜਾਣਾ ਫਰਵਰੀ ਚ ਬਾਹਰੋਂ ਆ ਜਾਣਾ ਆਹ ਵਾਲੀ ਮਤਲਬ ਫਰਵਰੀ ਲਾਸਟ ਦੇ ਆ ਜਾਣਾ ਫਰਵਰੀ ਲਾਸਟ ਦੇ ਚ ਓਕੇ ਓਕੇ ਬਾਈ ਬਾਕੀ ਧੰਨਵਾਦ ਬਾਈ ਥੋੜਾ ਜਿਹਾ ਟਾਈਮ ਦੇ ਲਈ ਓਕੇ ਬਾਈ ਸਾਰੇ ਵੀਰਾਂ ਭਰਾਵਾਂ ਨੂੰ ਤੁਹਾਨੂੰ ਪਤਾ ਕਿ ਆਪਾਂ ਬਰਨਾਲੇ ਦੇ ਕੱਪ ਤੇ ਪਹੁੰਚੇ ਹੋਏ ਆ ਟੌਪ ਦਾ ਖਿਡਾਰੀ ਆਪਣੇ ਨਾਲ ਮੌਜੂਦ ਆ ਲੱਖਾ ਟੰਡੋਲੀ ਵਾਲਾ ਕਬੱਡੀ ਦੇ ਵਿੱਚ ਵੱਡਾ ਨਾਮ ਆ ਬਾਈ ਦਾ ਲੱਖੇ ਬਾਈ ਕੀ ਹਾਲ ਚਾਲ ਵਧੀਆ ਵਧੀਆ ਬਾਈ ਤੁਸੀਂ ਸਿਹਤਾਂ ਠੀਕ ਆ ਜੀ ਵਧੀਆ ਮੇਰਾ ਚੜ੍ਹਦੀ ਕਲਾ ਚ ਅੱਜ ਕਿਹੜੀ ਟੀਮ ਚ ਖੇਡ ਰਹੇ ਹੋ ਅੱਜ ਆਪਾਂ ਆਪਣੇ ਪਿੰਡ ਚ ਖੇਡਣਾ ਟੰਡੋਲੀ ਵੱਲੋਂ ਪਿੰਡ ਟੰਡੋਲੀ ਦੀ ਟੀਮ ਆ ਆਪਦੀ ਟੀਮ ਨਹੀਂ ਨਾਲ ਕਿਹੜੇ ਆਈ ਬਾਹਰੋਂ ਆਪਣੇ ਨਾਲ ਮੁੰਡਾ ਲਾਡੀ ਖੇਡਦਾ ਚੌਂਦੇ ਵਾਲਾ ਇੱਕ ਸ਼ੀਰਾ ਕੋਟੜੇ ਵਾਲਾ ਇੱਕ ਮੁੰਡਾ ਬੋਪਰ ਵਾਲਾ ਰਕੇਸ਼ ਆ ਅੱਛਾ ਜੀ ਬਾਕੀ ਆਪਣੇ ਮੁੰਡੇ ਸਾਰੇ ਠੀਕ ਆ ਜੀ ਵਧੀਆ ਟੀਮ ਬਣਾਈ ਹੋਈ ਆ ਜੀ ਮੈਂ ਸਾਰੇ ਹੈਗੇ ਠੀਕ ਆ ਲੱਖੇ ਬਾਈ ਕਿੰਨਾ ਕੁ ਟਾਈਮ ਹੋ ਗਿਆ ਕਬੱਡੀ ਚ ਕਬੱਡੀ ਤਾਂ ਬਥੇਰੇ ਸਾਲ ਹੋ ਗਏ ਭਰਾਵਾ ਬਥੇਰੇ ਬਹੁਤ ਵਧੀਆ ਚੱਲ ਤੇ ਅਸੀਂ ਸਿਰਫ ਇਹੀ ਇੱਕ ਲਾਸਟ ਸਵਾਲ ਪੁੱਛਣਾ ਤੇ ਬਈ ਤੁਹਾਡੀ ਤਿੰਨਾਂ ਦੀ ਟਿੱਕੜੀ ਆਨੰਦਪੁਰ ਸਾਹਿਬ ਦੇ ਵਿੱਚ ਚੈਂਪੀਅਨਸ਼ਿਪ ਚ ਬਹੁਤ ਵਧੀਆ ਜਾਨਕਿ ਕਾਜੂ ਬੱਬੂ ਜੋ ਤੁਸੀਂ ਇਕੱਠੇ ਖੇਡਦੇ ਹੋ ਪੂਰਾ ਨਾਂ ਚੱਲਦਾ ਤੁਹਾਡਾ ਇਸ ਵਾਰ ਫਿਰ ਹੋਊਗੀ ਗੱਲਬਾਤ ਪੂਰੀ ਹਾਂ ਹਾਂ ਬਈ ਇਕੱਠੀ ਅਸੀਂ ਆਲ ਉੱਪਰ ਵੀ ਕੱਢੀ ਵੀ ਇਕੱਠੀ ਖੇਡਦੇ ਹਾਂ ਜੇ ਤਾਂ ਆਪਣਾ ਮੈਚ ਹੋਵੇ ਚੈਂਪੀਅਨਸ਼ਿਪ ਅਸੀਂ ਇਕੱਠੀ ਖੇਡਦੇ ਹਾਂ ਥੋੜਾ ਤੂਫਾਨ ਦੇ ਸੱਟ ਲੱਗਣ ਕਾਰਨ ਹਾਂ ਉਹਨੇ ਕਦੋਂ ਕਰਨੀ ਆ ਬਸ ਹੁਣ ਖੇਡਣ ਲੱਗਿਆ ਅੱਛਾ ਫਿਰ ਅੱਗੇ ਵੀ ਆਉਣ ਵਾਲੇ ਕੱਪਾਂ ਦੇ ਇਕੱਠੀ ਖੇਡਦੇ ਪ੍ਰਦੀਪ ਤੂਫਾਨ ਲੱਗੂਗਾ ਆਉਣ ਵਾਲੇ ਸੀਜ਼ਨ ਚ ਪ੍ਰੈਕਟਿਸ ਚੱਲ ਰਹੀ ਹੈ ਅਗਲੇ ਸੀਜ਼ਨ ਲੱਗ ਜੂਗਾ ਹੁਣ ਸਹੀ ਹੋ ਗਿਆ ਸਭਾ ਠੀਕ ਹੈ ਧੰਨਵਾਦ ਬਾਈ ਓਕੇ ਮੇਰਾ ਭਾ ਬਾਕੀ ਦੋਸਤੋ ਇਹ ਸੀ ਅੱਜ ਦਾ ਵਲੌਗ ਹੁਣ ਮਿਲਦੇ ਆਪਾਂ ਨਵੇਂ ਵਲੌਗ 'ਚ ਇਹ ਪਲੇਅਰਾਂ ਨਾਲ ਗੱਲਬਾਤ ਹੋਈ ਕਿਉਂਕਿ ਕਾਫੀ ਨੇਰਾ ਵੀ ਹੋ ਚੁੱਕਿਆ ਸੀ ਲੇਟ ਪਹੁੰਚੇ ਸੀਗੇ ਪੱਤੋ ਮਿਲਕੇ ਦਾ ਕੱਪ ਕੈਂਸਲ ਹੋ ਗਿਆ ਨਹੀਂ ਤਾਂ ਉੱਥੇ ਵੀ ਜਾਣਾ ਸੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ 'ਚ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਚੱਲਦੇ ਹਾਂ ਹੁਣ ਹੋਰ ਪਲੇਅਰ ਵੀ ਆ ਰਹੇ ਸੀ ਪਰ ਕਾਫੀ ਨੇਰਾ ਹੋ ਜਾਣਾ ਫਿਰ ਦੂਰ ਤੋਂ ਕਾਫੀ ਤੋਂ ਆਏ ਸੀ ਧੰਨਵਾਦ।